ਸਾਊਥ ਅਫਰੀਕਾ ਗਿਆ ਸੀਗਾ ਜੀ, ਅਤੇ ਬਾਡੀ ਬਿਲਡਿੰਗ 'ਚ ਮੇਰਾ ਗੋਲਡ ਮੈਡਲ ਆਇਆ IFBB ਪ੍ਰੋ, ਅਤੇ ਬਾਡੀ ਬਿਲਡਿੰਗ ਸੀਗੀ ਉੱਥੇ ਸਾਊਥ ਅਫਰੀਕਾ 'ਚ ਜੋਨਸਬਰਗ 'ਚ। ਕਦੋਂ ਹੋਇਆ ਸੀ? ਇਹ 16, 17, 18, 19 ਮਈ ਨੂੰ ਹੋਇਆ ਸੀਗਾ। ਸਾਰਾ ਮੇਰਾ ਆਪਦਾ ਖਰਚਾ ਸੀਗਾ, ਅਤੇ ਮੈਂ ਕੋਈ ਸਰਕਾਰ ਨੂੰ ਨਾ ਤਾਂ ਮੰਗ ਕਰਨੀ, ਪਤਾ ਤਾਂ ਹੈਗਾ ਦੇਣਾ ਤਾਂ ਕੁਛ ਹੈ ਨਹੀਂ। ਠੀਕ ਹੈ ਜੀ। ਕਿੰਨੇ ਕੁ ਕੰਟਰੀ ਦੇ ਉੱਥੇ ਜਿਹੜੇ ਹੈਗੇ ਸੀ? ਉੱਥੇ ਸਾਰੇ ਪੂਰੇ ਵਰਲਡ 'ਚੋਂ ਆਏ ਸੀਗੇ ਪਲੇਅਰ, ਅਤੇ ਮੈਂ ਪੰਜਾਬ 'ਚੋਂ ਇਕੱਲਾ ਸੀ, ਇੰਡੀਆ 'ਚੋਂ ਇਕੱਲਾ ਸੀਗਾ ਮੈਂ। ਕਿਹੜਾ ਮੈਡਲ ਆਇਆ? ਇਹ ਮੇਰਾ ਗੋਲਡ ਮੈਡਲ ਆਇਆ। ਕਿੰਨਾ ਕੁ ਤੁਸੀਂ ਪ੍ਰਾਊਡ ਫੀਲ ਕਰਦੇ ਹੋ ਵੀ ਤੁਹਾਡੀ ਭਾਰਤ ਲਈ ਅਤੇ ਪੰਜਾਬ ਲਈ ਜਿਹੜਾ ਮੈਡਲ? ਬਹੁਤ ਜ਼ਿਆਦਾ ਪ੍ਰਾਊਡ ਹੈ ਜੀ ਮੈਨੂੰ ਆਪਣੇ ਆਪ 'ਤੇ, ਅਤੇ ਮੇਰੇ ਫਾਦਰ ਸਾਹਿਬ 'ਤੇ, ਇਹਨਾਂ ਦੇ ਕਰਕੇ ਸਭ ਕੁਛ ਹੈ। ਆਹ ਮੇਰਾ ਬ੍ਰਦਰ ਹੈ ਇੱਕ, ਅਤੇ ਆਹ ਮੇਰੇ ਤਾਇਆ ਜੀ ਨੇ, ਇਹ ਮੈਨੂੰ ਸਪੋਰਟ ਕਰਦੇ ਨੇ। ਕਿੰਨਾ ਕੁ ਹਾਰਡ ਵਰਕਿੰਗ ਰਹੀ ਹੈ ਤੁਹਾਡੀ? ਕਿੰਨੇ ਸਮੇਂ ਤੋਂ ਤੁਸੀਂ? ਮੈਂ 4 ਮਹੀਨੇ ਤੋਂ ਰੋਟੀ ਨਹੀਂ ਖਾਧੀ, ਓਨਲੀ ਚਿਕਨ, ਐੱਗ, ਫਿਸ਼, ਕੋਈ ਨਮਕ ਮਿਰਚ ਮਸਾਲਾ ਨਹੀਂ। 4 ਦਿਨ ਤੋਂ ਪਾਣੀ ਨਹੀਂ ਪੀਤਾ ਸੀਗਾ ਮੈਂ। ਜਿੱਦਾਂ ਕਿ ਅਕਸਰ ਆਪਾਂ ਦੇਖਦੇ ਹਾਂ ਕਿ ਜਿਹੜੇ ਬਾਡੀ ਬਿਲਡਰ ਹੁੰਦੇ ਨੇ ਕਈ ਵਾਰੀ ਜਿਹੜੇ ਹੈਗੇ ਦੂਜੇ ਪ੍ਰੋਡਕਟ ਯੂਜ਼ ਕਰ ਲੈਂਦੇ ਨੇ, ਜਿਵੇਂ ਪਾਊਡਰ ਵਗੈਰਾ ਹੁੰਦੇ ਨੇ, ਉਹਨਾਂ ਲਈ ਕੀ ਹੋਊਗਾ? ਕੀ ਕਿਤੇ ਨਾ ਕਿਤੇ ਸਿਹਤ ਲਈ ਵੀ ਨੁਕਸਾਨਦਾਇਕ ਹੋਵੇ, ਖੁਦ ਲਈ ਕੀ ਕਹੋਗੇ? ਨੁਕਸਾਨ ਤਾਂ ਕਿਸੇ ਚੀਜ਼ ਦਾ ਨਹੀਂ ਹੈਗਾ ਜੇ ਆਪਾਂ ਤਰੀਕੇ ਨਾਲ ਚੱਲਦੇ ਹਾਂ ਜੀ, ਸਾਰੇ ਯੂਜ਼ ਕਰਦੇ ਨੇ। ਦੇਖੋ ਕਹਿਣ ਨੂੰ ਤਾਂ ਜੋ ਮਰਜ਼ੀ ਕਹੀਏ ਜੀ ਆਪਾਂ, ਵੀ ਪ੍ਰੋਡਕਟ ਮੈਂ ਜੀ ਖੰਨੇ ਅਮਲੋਹ ਰੋਡ, ਸੋਰੀ, 2 ਜਿੰਮ ਨੇ ਆਪਣੇ, ਇੱਕ GT ਰੋਡ 'ਤੇ, ਇੱਕ ਅਮਲੋਹ ਰੋਡ 'ਤੇ ਹੈ। KHC ਨਾਮ ਤੋਂ ਜਿੰਮ ਨੇ, ਕਰਨ ਹੈਲਥ ਕਲੱਬ। ਅਤੇ ਜੇ ਮੈਨੂੰ ਸਰਕਾਰ ਹੋਰ ਸਪੋਰਟ ਕਰੂਗੀ, ਇੱਕ ਕੰਪਟੀਸ਼ਨ ਹੋ ਰਿਹਾ ਸਪੇਨ ਦੇ ਵਿੱਚ ਅਕਤੂਬਰ ਦੇ ਵਿੱਚ, ਉਹਦੇ ਲਈ ਮੇਰੀ ਸਿਲੈਕਸ਼ਨ ਹੋਈ ਹੈ, ਅਤੇ ਕੈਨੇਡਾ ਲਈ ਸਿਲੈਕਸ਼ਨ ਹੋਈ ਹੈ, ਅਤੇ ਉਹ ਟੋਰਾਂਟੋ ਪ੍ਰੋ ਸ਼ੋ ਹੋ ਰਿਹਾ। ਜੇ ਸਪੋਰਟ ਕਰਨਗੇ ਤਾਂ ਮੈਂ ਇੰਡੀਆ ਨੂੰ ਫੇਰ ਰੀਪ੍ਰਜੈਂਟ ਕਰੂੰਗਾ। ਅਕਸਰ ਇਹ ਦੇਖਿਆ ਜਾਂਦਾ ਜਦੋਂ ਖਿਡਾਰੀ ਮੈਡਲ ਜਿੱਤ ਕੇ ਆਉਂਦੇ ਨੇ, ਆਪਣੇ ਉਹ ਪੈਸੇ ਲਗਾ ਕੇ ਜਾਂਦੇ ਨੇ, ਕਈ ਜਿਹੜੀ ਸਰਕਾਰਾਂ ਦੇ ਜਿਹੜੀ ਹੈਗੇ ਕੁਛ ਤੋਂ ਅਕੋਲੇ ਰਹਿ ਜਾਂਦੇ ਨੇ, ਵੀ ਤੁਸੀਂ ਆਪਣੇ ਜਿਹੜੇ ਪੈਸੇ ਨੇ ਤੁਸੀਂ ਕੋਲੋਂ ਲਗਾ ਕੇ ਗਏ? ਮੈਂ ਸਾਰਾ ਖਰਚਾ ਆਪਣੇ ਕੋਲੋਂ ਲਾਇਆ ਜੀ, ਏ ਤੋਂ ਲੈ ਕੇ ਜੈਡ ਤੱਕ ਸਾਰੀ ਫੀਸ ਮੈਂ ਆਪ ਡਿਪੋਜ਼ਿਟ ਕਰੀ ਹੈ। ਕੀ ਕਹਿਣਾ ਚਾਹੋਗੇ ਬੇਟਾ ਜਿਹੜਾ ਹੈਗਾ ਭਾਰਤ ਲਈ ਮੈਡਲ ਜਿੱਤ ਕੇ ਆਇਆ? ਦੇਖੋ ਪਹਿਲਾਂ ਭਾਰਤ ਲਈ, ਪਹਿਲਾਂ ਮੇਰੇ ਲਈ ਬਹੁਤ ਜ਼ਿਆਦਾ ਇਹ ਮਾਣ ਵਾਲੀ ਗੱਲ ਹੈ ਕਿ ਮੇਰਾ ਜਿਹੜਾ ਬੇਟਾ ਹੈ ਇਹ ਗੋਲਡ ਮੈਡਲ ਲੈ ਕੇ ਆਇਆ, ਪੂਰੇ ਇੰਡੀਆ ਵਾਸਤੇ, ਨਾ ਕਿ ਪੰਜਾਬ, ਪੂਰੇ ਇੰਡੀਆ ਵਾਸਤੇ ਗੋਲਡ ਮੈਡਲ ਲੈ ਕੇ ਆਇਆ ਬੇਟਾ ਮੇਰਾ, ਔਰ ਮੈਨੂੰ ਬਹੁਤ ਜ਼ਿਆਦਾ ਇਹ 'ਤੇ ਮਾਣ ਹੈ ਔਰ ਅੱਗੇ ਵੀ ਰਹੂਗਾ। ਦੇਖੋ ਸਰਕਾਰ ਨੇ ਤਾਂ ਕੋਈ ਨਾ ਮੈਨੂੰ ਕੋਈ ਦਿੱਤਾ ਸੀਗਾ, ਅਤੇ ਨਾ ਮੈਂ ਆਪਣੇ ਬੇਟੇ ਨੂੰ ਆਪ ਭੇਜਿਆ ਆਪਣੀ ਦਮ 'ਤੇ, ਠੀਕ ਹੈ, ਔਰ ਅੱਗੇ ਵੀ ਹੀ ਮੈਂ ਹੀ ਭੇਜੂੰਗਾ ਬੇਟੇ ਨੂੰ, ਸਾਨੂੰ ਕਿਸੇ ਦੇ ਕੋਈ ਆਸ ਨਹੀਂ। ਔਰ ਮੈਂ ਕਹੂੰਗਾ ਵੀ ਵੱਧ ਤੋਂ ਵੱਧ ਜੇ ਇਹਨੂੰ ਸਪੋਰਟ ਕਰਦੀ ਹੈ ਸਰਕਾਰ, ਤਾਂ ਇਹਦੇ ਵਰਗੇ ਮੈਂ ਕਈ ਬੱਚੇ ਜਿੰਮ ਦੇ ਵਿੱਚੋਂ ਸਪੋਰਟਸਮੈਨ 'ਤੇ ਭਰਤੀ ਕਰਾ ਸਕਦਾ। ਕਿੰਨਾ ਕੁ ਮਾਣ ਮਹਿਸੂਸ ਹੋ ਰਿਹਾ? ਬਸ ਤੁਸੀਂ ਇਹ ਪੁੱਛ ਲਓ, ਜਿਵੇਂ ਇੱਕ ਮਾਂ ਨੂੰ ਪੁੱਤ ਮਿਲ ਜਾਂਦਾ ਹੈ, ਮੈਨੂੰ ਇਹ ਮੈਡਲ ਮਿਲਿਆ। ਬਾਪ ਦੀ ਜਿਹੜੀ ਤਮੰਨਾ ਹੁੰਦੀ ਕਿ ਜਿਹੜਾ ਬੇਟਾ ਤਰੱਕੀ। ਦੇਖੋ ਮੈਂ ਮੈਡਲ ਜਿੱਤ ਕੇ ਲੈ ਕੇ ਆਈ ਸਪੇਨ ਤੋਂ 20 ਸਾਲ 'ਚ, ਮੇਰੇ ਬੇਟੇ ਨੇ ਜਿੱਤੇ 8 ਸਾਲ ਦੇ ਵਿੱਚ, ਇਹਦੇ ਇਹ ਤੋਂ ਉੱਪਰ ਖੁਸ਼ੀ ਮੈਨੂੰ ਕੁਛ ਨਹੀਂ ਹੈਗਾ। ਬਸ ਕਿਉਂਕਿ ਮੈਨੂੰ ਗਾਈਡ ਕਰਨ ਵਾਲਾ ਕੋਈ ਨਹੀਂ ਸੀਗਾ, ਇਹਨੂੰ ਗਾਈਡ ਕਰਨ ਵਾਲਾ ਮੈਂ ਹੈਗਾ, ਔਰ ਉਸਤਾਦ ਔਰ ਬਾਪ ਇੱਕ ਹੋਣਾ ਚਾਹੀਦਾ, ਜਿਹਨੇ ਉਸਤਾਦ ਬਦਲ ਲਿਆ ਸਮਝ ਲਓ ਉਹਨੇ ਆਪਣੇ ਬਾਪ ਬਦਲ ਲਿਆ। ਕਹਿਣਾ ਚਾਹੂੰਗਾ ਕਿ ਜਿੱਦਾਂ ਕਿ ਜਿਹੜਾ ਹੈਗਾ ਯੂਥ ਦਾ ਜ਼ਿਆਦਾਤਰ ਨਸ਼ਿਆਂ ਵੱਲ ਰੁਝਾਨ ਹੈ, ਖੇਡਾਂ ਵੱਲ ਘੱਟ ਧਿਆਨ ਹੈ, ਕੀ ਕਹੋਗੇ? ਦੇਖੋ ਨਸ਼ਿਆਂ ਦੀ ਗੱਲ ਇੱਦਾਂ ਹੈ ਕਿ ਜਦ ਆਪਾਂ ਸਪੋਰਟਸ ਨੂੰ ਪ੍ਰਮੋਟ ਕਰਾਂਗੇ ਤਾਂ ਆਪਣੇ ਜਿਹੜੇ ਯੂਥ ਹੈ ਤਾਂ ਸਪੋਰਟਸ ਕੰਨੀ ਆਉਣਾ, ਜੇ ਤੁਸੀਂ ਨਸ਼ਾ ਛੱਡਣਾ ਐਂ ਨਹੀਂ ਨਸ਼ਾ ਛੁੱਟਣਾ, ਔਰ ਯੂਥ ਨੂੰ ਸਪੋਰਟਸ ਦੇ ਵਿੱਚ ਆਉਣਾ ਪੈਣਾ, ਔਰ ਸਰਕਾਰ ਨੂੰ ਯੂਥ ਨੂੰ ਸਪੋਰਟ ਕਰਨੀ ਪੈਣੀ ਹੈ ਜੇ ਨਸ਼ਾ ਛੱਡਾਉਣਾ ਤਾਂ।